ਵੈਲਕਮ ਬੈਕ ਇਨ आवर ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡਾ ਅਗਲਾ ਫੇਸਬੁਕ ਮੈਸੇਜ ਆਇਆ ਹੈ ਪ੍ਰੀਤ ਸਾਨੀ ਜੀ ਦਾ ਇਹ ਲਿਖਦੇ ਹਨ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਮਾਣ ਹੈ ਤੁਹਾਡੇ ਵਰਗੇ ਥਿੰਕ ਟੈਂਕ ਤੇ ਜੋ ਬ੍ਰਾਹਮਣਾ ਵੱਲੋਂ ਪੈਂਦੀ ਕੁੱਤੀ ਧੁੰਦ ਸਾਡੇ ਲਈ ਹਟਾਰੇ ਹੋ ਤੁਹਾਡੀਆਂ ਵੀਡੀਓਜ਼ ਨੇ ਮੇਰੇ ਚੰਕੇ ਦੂਰ ਕਰ ਦਿੱਤੇ ਹਨ ਮੈਂ ਤੁਹਾਡੀ ਹਰ ਵੀਡੀਓ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹਾਂ ਹੁਣ ਮੈਂ ਕਮੈਂਟ ਇਸ ਲਈ ਨਹੀਂ ਕਰਦਾ ਕਿਉਂਕਿ ਜੋ ਮੈਂ ਸੋਚ ਰਿਹਾ ਹੁੰਦਾ ਹਾਂ ਤੁਸੀਂ ਉਹੀ ਕਹਿ ਰਹੇ ਹੁੰਦੇ ਹੋ ਜਿੱਥੇ ਕਿਤੇ ਮੈਂ ਕੁਝ ਹੋਰ ਸੋਚਦਾ ਹੋਵਾਂ ਉਸੇ ਵੀਡੀਓ ਤੇ ਕਮੈਂਟ ਕਰਦਾ ਹਾਂ ਕਿ ਤੁਸੀਂ ਇਸ ਵਿਸ਼ੇ ਤੇ ਇੱਕ ਸ਼ੋਅ ਕਰ ਸਕਦੇ ਹੋ ਕਿ ਕਸ਼ਮੀਰ ਦਾ ਕੌਣ ਹੱਕਦਾਰ ਹੈ ਤੇ ਕੌਣ ਨਹੀਂ ਮੇਰੇ ਸਮੇਤ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਸ਼ਮੀਰ ਦਾ ਇਤਿਹਾਸ ਕੀ ਹੈ ਪਾਕਿਸਤਾਨ ਤੋਂ ਇੱਕ ਸੱਜਣ ਜਹੀਦ ਹਾਮਿਦ ਕੋਲੋਂ ਮੈਂ ਸੁਨਿਆ ਹੈ ਕਿ ਭਾਰਤ ਨੇ ਕਸ਼ਮੀਰ ਧੱਕੇ ਨਾਲ ਦੱਬਿਆ ਸੀ ਕਿਰਪਾ ਕਰਕੇ ਇਸ ਮੁੱਦੇ ਤੇ ਚਾਨਣਾ ਪਾਓ ਜੀ ਰਦਰਸਾ ਇਹਨਾਂ ਦਾ ਵੀਰ ਪ੍ਰੀਤ ਸੈਣੀ ਜੀ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਬੜੇ ਫਖਰ ਨਾਲ ਮਾਣ ਨਾਲ ਲਿਖਿਆ ਵੀ ਹੈ ਔਰ ਸਾਨੂੰ ਉਹ ਪਸੰਦ ਕਰਦੇ ਨੇ ਸਾਡੇ ਵਿਚਾਰਾਂ ਤੋਂ ਉਹਨਾਂ ਦੇ ਕੋਈ ਸ਼ੰਕੇ ਦੂਰ ਹੋਏ ਜੀ ਉਹਨਾਂ ਦਾ ਕਦੀ-ਕਦੀ ਕਮੈਂਟ ਵੀ ਹੁੰਦਾ ਹੈ ਅਪਲੋਡਡ YouTube ਤੇ ਜੀ ਅ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਵੀ ਤੁਹਾਡੇ ਤੋਂ ਬਹੁਤ ਕੁਝ ਸਿੱਖਦੇ ਹਾਂ ਔਰ ਮੈਂ ਮੈਨੂੰ ਇਹ ਕੈਂਟਸ ਕੋਈ ਪਰੇਸ਼ ਨਹੀਂ ਹੈ ਕਿ ਇਸ ਲਗਭਗ 2 ਸਾਲ ਦੇ ਸਮੇਂ ਚ ਜਿੰਨਾ ਮੈਂ ਆਪਣੇ ਦਰਸ਼ਕਾਂ ਤੋਂ ਸ਼ੁਰੂਤਿਆਂ ਤੋਂ ਸਿੱਖਿਆ ਇਹਨਾਂ ਸ਼ਾਇਦ 18-20 ਸਾਲ ਚ ਜਦੋਂ ਕਿ ਮੈਂ ਹਲਾਂ ਬਹੁਤ ਜ਼ਿਆਦਾ ਵਿਚਰਿਆ ਪਬਲਿਕ ਪਲੇਸਸ ਦੇ ਉੱਤੇ ਵੀ ਆਪਸੀ ਗੱਲਬਾਤ ਹੋਈ ਪਰ ਹੁਣ ਜਿਸ ਤਰੀਕੇ ਨਾਲ ਇੱਕ ਕਨਸੈਂਟ੍ਰੇਟਿਡ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਦੀ ਹੈ ਵਿਚਾਰਾਂ ਦੀ ਆਦਾਨ-ਪ੍ਰਦਾਨ ਦੀ ਉਹਨੇ ਸਾਨੂੰ ਬੜਾ ਰਿਚ ਕੀਤਾ ਗਿਆਨ ਦੇ لحاظ ਨਾਲ ਉਹਨਾਂ ਦਾ ਅਸਲੀ ਸਵਾਲ ਜਿਹੜਾ ਹੈ ਉਹ ਕਸ਼ਮੀਰ ਦੇ ਉੱਤੇ ਹੈ ਕਿ ਕਸ਼ਮੀਰ ਦਾ ਇਸ਼ੂ ਕੀ ਹੈ ਉਹ ਉਹਨਾਂ ਨੇ ਪਾਕਿਸਤਾਨ ਦੇ ਇੱਕ ਜਿਹੜੇ ਕਾਫੀ ਜਿਹਨੂੰ ਰੈਡੀਕਲ ਕਿਹਾ ਜਾਂਦਾ ਹੈ ਉਹਨਾਂ ਦੇ ਗੈਸਟ ਹੁੰਦੇ ਨੇ ਬਹੁਤ ਸਾਰੇ ਟਾਕ ਸ਼ੋਅ ਤੇ ਜਿਹੜੇ ਜ਼ਾਹਿਦ ਖਮੀਦ ਜੀ ਔਰ ਹਾਮਿਦ ਵੀ ਸ਼ਾਇਦ ਕਹਿੰਦੇ ਨੇ ਉਹਨਾਂ ਦਾ ਜ਼ਿਕਰ ਕੀਤਾ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਹੜੱਪਿਆ ਹੈ ਇੰਡੀਆ ਨੇ ਦੇਖੋ ਜ਼ਾਹਿਦ ਹਾਮਿਦ ਲਾਲ ਟੋਪੀ ਸਿਰ ਤੇ ਹੁੰਦੀ ਹੈ ਉਹਨਾਂ ਦੇ ਜੀ ਕਾਫੀ ਅੱਛਾ ਉਹਨਾਂ ਦਾ ਜਿਹੜੀ ਹੈ ਜਿਹਨੂੰ ਪੇਸ਼ਕਾਰੀ ਤਾਂ ਚੰਗੀ ਹੁੰਦੀ ਹੈ ਬਟ ਬਹੁਤ ਵਾਰ ਉਹ ਵੀ ਜਿਹੜੀ ਹੈ ਕੁਝ ਜਿਹੜੀਆਂ ਚੀਜ਼ਾਂ ਨੇ ਉਹਨਾਂ ਬਾਰੇ ਬੜੀ ਐਕਸਟ੍ਰੀਮ ਔਰ ਅਨਰੀਅਲਿਸਟਿਕ ਪੋਜੀਸ਼ਨ ਲਈ ਹੁੰਦੀ ਆ ਕਸ਼ਮੀਰ ਦੇ ਮੁੱਦੇ ਤੇ ਸਮਿਆਂ ਦੀ ਸੀਮਾ ਮੈਂ ਸ਼ਾਇਦ ਜੇ ਇਹਨੂੰ ਕਿਸੇ ਹੋਰ ਸੈਗਮੈਂਟ ਚ ਲੈ ਜਾਂਦਾ ਤਾਂ ਸ਼ਾਇਦ ਜ਼ਿਆਦਾ ਵੇਰਵੇ ਨਾਲ ਦੱਸਦਾ ਜੀ ਬਹੁਤ ਨਾ ਉਹਦੀ ਕਸ਼ਮੀਰ ਦੀ ਹਿਸਟਰੀ ਤੇ ਤਾਂ ਨਹੀਂ ਡਿਵੈਲਪ ਕਰਾਂਗੇ ਪਰ ਜ਼ਾਹਰ ਹੈ ਕਿ ਕਸ਼ਮੀਰ ਸਮੇਂ ਸਮੇਂ ਜਿਹੜਾ ਅਲੱਗ-ਅਲੱਗ ਸਲਤਨਤਾਂ ਦਾ ਹਿੱਸਾ ਰਿਹਾ ਹੈ ਮੁਗਲਿਆ ਸਲਤਨਤ ਦਾ ਵੀ ਹਿੱਸਾ ਸੀ ਤੇ ਫਿਰ ਇਹ ਅਫਗਾਨ ਜਿਹੜੇ ਸਲਤਨਤ ਹੈ ਉਸ ਦਾ ਹਿੱਸਾ ਬਣਿਆ ਸਿੱਖਾਂ ਨੇ ਸਿੱਖ ਰਾਜ ਵੇਲੇ ਜਦੋਂ ਕਸ਼ਮੀਰ ਫਤਿਹ ਕੀਤਾ ਜਦੋਂ ਅਸੀਂ ਕਸ਼ਮੀਰ ਕਹਿੰਦੇ ਹਾਂ ਉਹਦੇ ਵਿੱਚ ਜੰਮੂ ਕਸ਼ਮੀਰ ਜਿਹੜਾ ਬਲਦਸਤਾਨ ਲਦਾਖ ਉਹ ਈ ਵੀ ਉਸ ਦਾ ਹਿੱਸਾ ਸੀ ਬਹੁਤ ਵੱਡੀ ਦੀ ਟੈਰੀਟਰੀ ਜੀ ਸੋ ਇਹ ਸਿੱਖਾਂ ਨੇ ਸ਼ਾਇਦ ਮੈਨੂੰ ਸਨ ਮੈਂ ਗਲਤ ਨਾ ਹੂੰ 1800 ਅ 16 17 ਦੇ ਨੇੜੇ ਜਾਂ 12 13 ਹੋਇਆ ਅ ਇਸ ਚ ਉਹਨਾਂ ਨੇ ਅਫਗਾਨ ਜਿਹੜਾ ਉੱਥੋਂ ਦਾ ਜਿਨ੍ਹਾਂ ਦਾ ਕੰਟਰੋਲ ਸੀ ਉਹਨਾਂ ਤੋਂ ਲੜ ਕੇ ਜਿੱਤਿਆ ਸੀ ਸੋ ਸਿੱਖ ਰਾਜ ਦਾ ਹਿੱਸਾ ਬਣੇ ਔਰ ਇਸ ਕਿਉਂਕਿ ਮੈਂ ਬਹੁਤ ਪਿੱਛੇ ਨਹੀਂ ਜਾਵਾਂਗਾ ਕਸ਼ਮੀਰ ਦਾ ਆਪਣਾ ਬੜਾ ਨਵੇਕਲਾ ਇਤਿਹਾਸ ਹੈ ਉਹਨਾਂ ਦਾ ਧਾਰਮਿਕ حوالے ਨਾਲ ਸੂਫੀ ਟਰੈਡੀਸ਼ਨ ਔਰ ਬੜਾ ਲਿਬਰਲ ਇਸਲਾਮ ਔਰ ਚਰਾਰੇ شریف ਜਿਹੜੀ ਉਹਨਾਂ ਦੀ 12ਵੀਂ 13ਵੀਂ ਸਦੀ ਦੀ ਮਸਜਿਦ ਸੀ ਜਿਹਨੂੰ ਇੰਡੀਅਨ ਏਜੰਸੀਆਂ ਨੇ ਅੱਗ ਲਾ ਕੇ ਸਾੜਿਆ ਸੋ ਕਸ਼ਮੀਰ ਦਾ ਇੱਕ ਬੜਾ ਆਪਣਾ ਔਰ ਉਸ ਤੋਂ ਪਹਿਲਾਂ ਉਸ ਦਾ ਦੀਆਂ ਹਿੰਦੂ ਰੂਟਸ ਉਸ ਦੇ ਨਾਲ ਜੁੜਿਆ ਹੋਇਆ ਹੈ ਕਾਫੀ ਕੁਝ ਜਿਹੜਾ ਕਸ਼ਮੀਰੀ ਪੰਡਤਾਂ ਦੇ ਇੱਕ ਆਪਣੀ ਲੇਗੇ ਸੀ ਆਪਣਾ ਇੱਕ ਹੈਰੀਟੇਜ ਆ ਜਿਹੜਾ ਕਿ ਬੜਾ ਪੁਰਾਣਾ ਹੈ ਲੇਕਿਨ ਮੈਂ ਸਮੇਂ ਦੀ ਸੀਮਾ ਕਰਕੇ ਕਰੰਟ ਵਾਲਾ ਆਂਦਾ ਸੋ ਸਿੱਖ ਰਾਜ ਦਾ ਕਸ਼ਮੀਰ ਜਿਹੜਾ ਹੈ 1819-20 ਤੱਕ ਪਹੁੰਚਦੇ 1812-13 ਔਰ ਇਹਨੇ ਵਿਚਾਲੇ ਕੁਝ ਸਨ ਮੈਨੂੰ ਐਗਜ਼ੈਕਟ ਨਹੀਂ ਹੈ ਇਹ ਸਿੱਖ ਰਾਜ ਦਾ ਹਿੱਸਾ ਬਣਦਾ ਔਰ ਫਿਰ 1846 ਤੱਕ ਇਹ ਸਿੱਖ ਰਾਜ ਦਾ ਇਹ ਹਿੱਸਾ ਰਹਿੰਦਾ ਸਿੱਖ ਰਾਜ ਦੇ ਚਾਰ ਮੁੱਖ ਪ੍ਰੋਵਿੰਸ ਸਨ ਜਿਨ੍ਹਾਂ ਦੇ ਵਿੱਚ ਕਸ਼ਮੀਰ ਮਲਤਾਨ ਲਾਹੌਰ ਔਰ ਪਸ਼ਾਵਰ ਜੀ ਜਨਰਲ ਹਰੀ ਸਿੰਘ ਨਲਵਾ ਜਿਹੜੇ ਨੇ ਉਹ ਕਸ਼ਮੀਰ ਦੇ ਗਵਰਨਰ ਵੀ ਰਹੇ 16 ਪਗ 25 ਪਲਸ ਸਾਲ ਕਸ਼ਮੀਰ ਜੰਮੂ ਕਸ਼ਮੀਰ ਸਿੱਖ ਰਾਜ ਦਾ ਹਿੱਸਾ ਰਿਹਾ ਔਰ ਕਿਉਂਕਿ ਕਸ਼ਮੀਰ ਜੰਮੂ ਕਸ਼ਮੀਰ ਦੇ ਜਿਹੜੇ ਤਿੰਨ ਰੀਜਨ ਨੇ ਮੇਨ ਹੁਣ ਵੀ ਲਦਾਖ ਹੈ ਕਸ਼ਮੀਰ ਹੈ ਜੰਮੂ ਹੈ ਜੰਮੂ ਦੇ ਵਿੱਚ ਡੋਗਰਿਆਂ ਦੀ ਮੈਜੋਰਟੀ ਰਹੀ ਹੈ ਕਸ਼ਮੀਰਵਾਦੀ ਚ ਮੁਸਲਮਾਨਾਂ ਦੀ ਮੈਜੋਰਟੀ ਰਹੀ ਲਦਾਖ ਦੇ ਵਿੱਚ ਤਿੱਬਤ ਜਿਹੜੇ ਬੋਧੀ ਬੋਧੀ ਮੂਲ ਦੇ ਔਰ ਦੂਸਰੇ ਮੁਸਲਮਾਨ ਉਹਨਾਂ ਦੀ ਗਿਣਤੀ ਰਹੀ ਸੋ ਇਸ ਪੀਰੀਅਡ ਦੇ ਵਿੱਚ ਕਸ਼ਮੀਰ ਰਣਜੀਤ ਸਿੰਘ ਦੇ ਰਾਜ ਵੇੜੇ ਜਾਂ ਉਸ ਤੋਂ ਬਾਅਦ ਦੇ ਜਿਹੜੇ 1839 ਤੋਂ 1846 ਤੱਕ ਜਦੋਂ ਪਹਿਲੀ ਐਂਗਲੋ ਸਿੱਖ ਵਾਰ ਹੋਈ ਉਦੋਂ ਕਾਫੀ ਕੰਟਰੋਲ ਡੋਗਰਿਆਂ ਦਾ ਹੋ ਗਿਆ ਸੀ ਉਹ ਸਿੱਖ ਰਾਜ ਦੇ ਨਾਲ ਆਪਣੀ ਲਾਇਲਟੀ ਦਾ ਜ਼ਾਹਰ ਕਰਦੇ ਸੀ ਪਰ ਲਾਇਲ ਹੈ ਨਹੀਂ ਸੀ ਉਹ ਸਾਜਸ਼ਾ ਕਰਦੇ ਸੀ ਔਰ ਜਿਹਨਾਂ ਡੋਗਰਿਆਂ ਦੀ ਅਸੀਂ ਗੱਲ ਕਰਦੇ ਆਂ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਜਿਨ੍ਹਾਂ ਨੇ ਸਾਜਸ਼ਾ ਕੀਤੀਆਂ ਇਹ ਸਾਰੇ ਜੰਮੂ ਦੇ ਡੋਗਰੇ ਸੀ ਤੋ ਪਹਿਲੀ ਅੰਗਰੇਜ਼ ਸਿੱਖ ਜੰਗ 1846 ਦੇ ਵਿੱਚ ਹੋਈ ਜਿਹਦੇ ਵਿੱਚ ਗੁਲਾਬ ਸਿੰਘ ਨੇ ਪੂਰੀ ਗਦਾਰੀ ਕੀਤੀ ਸਿੱਖਾਂ ਦੇ ਨਾਲ ਔਰ ਜਿਹੜਾ ਜੰਮੂ ਕਸ਼ਮੀਰ ਹੈ ਇੱਕ ਤੋਹਫੇ ਦੇ ਤੌਰ ਤੇ ਇਨਾਮ ਦੇ ਤੌਰ ਤੇ ਅੰਗਰੇਜ਼ਾਂ ਨੇ ਡੋਗਰਿਆਂ ਨੂੰ ਜਾਂ ਗੁਲਾਬ ਸਿੰਘ ਨੂੰ ਦਿੱਤਾ ਹਾਲਾਂਕਿ ਡਰਾਮਾ ਕੀਤਾ ਗਿਆ ਜਿਵੇਂ ਕਿ 72 ਲੱਖ ਰੁਪਈਆ ਸੀ ਉਹ ਲਾਹੌਰ ਖਜ਼ਾਨੇ 'ਚ ਨਹੀਂ ਸੀ ਗੁਲਾਬ ਸਿੰਘ ਨੇ ਦਿੱਤਾ ਲੈ ਲਿਆ ਉਹ ਖਜ਼ਾਨਾ ਕਿਹੜਾ ਪਿਓ ਦਾ ਸੀ ਸਾਰੇ ਨੌਕਰ ਕਿਸਮ ਦੇ ਬੰਦੇ ਸੀ ਇਹਨਾਂ ਕੋਲੋਂ ਖਜ਼ਾਨਾ ਕੀ ਸੀ ਸਿੱਖ ਰਾਜ ਦਾ ਹੀ ਉਹ ਸੀ ਸੋ ਉੱਥੋਂ ਜਿਹੜਾ ਕਸ਼ਮੀਰ ਅੰਗਰੇਜ਼ੀ ਰਾਜ ਦੇ ਵੇਲੇ ਡੋਗਰਿਆਂ ਦੀ ਜਿਹੜੀ ਹੈ ਨਿੱਜੀ ਉਸ ਤਰੀਕੇ ਦੇ ਨਾਲ ਹੀ ਰਿਆਸਤ ਰਿਹਾ ਸਟੇਟ ਰਿਹਾ ਜਿਵੇਂ ਕਿ ਹੈਦਰਾਬਾਦ ਜਿਹੜਾ ਨਿਜ਼ਾਮ ਦੇ ਕੋਲ ਸੀ ਜਾਂ ਪਟਿਆਲਾ ਨੱਬਾਏ ਸਿੱਖ ਰਾਜਿਆਂ ਦੇ ਕੋਲ ਸੀ ਜੀ 1947 ਚ ਜਾਣ ਤੋਂ ਪਹਿਲਾਂ ਅੰਗਰੇਜ਼ਾਂ ਨੇ 2/3 ਭਾਰਤ ਨੂੰ ਵੰਡਿਆ ਭਾਰਤ ਔਰ ਪਾਕਿਸਤਾਨ ਚ ਜਿਹੜਾ 1/3 ਭਾਰਤ ਸੀ ਉਹ ਰਾਜਿਆਂ ਦੇ ਕੋਲ ਸੀ ਰਾਜੇ ਮਹਾਰਾਜਿਆਂ ਕੋਲ ਜਿਹੜੇ 570 ਦੇ ਕਰੀਬ ਸੀ ਉਹਨਾਂ 'ਚ ਕਸ਼ਮੀਰ ਦਾ ਰਾਜਾ ਵੀ ਸੀ ਮਹਾਰਾਜਾ ਹਰੀ ਸਿੰਘ ਕਰਕੇ ਹੁਣ ਬਹੁਤ ਸਾਰਿਆਂ ਨੇ ਇੰਡੀਆ ਨੂੰ ਜੁਆਇਨ ਕੀਤਾ ਕੁਝ ਜਿਹੜੇ ਮੁਸਲਮਾਨ ਰਿਆਸਤਾਂ ਸੀ ਪਾਕਿਸਤਾਨ ਨੂੰ ਕੀਤਾ ਹైదరాబాద్ ਜੁਨਾਗੜ ਇਹ ਜ਼ਬਰਦਸਤੀ ਨਾਲੇ ਹਰੀ ਸਿੰਘ ਜਿਹੜਾ ਕਸ਼ਮੀਰਵਾੜਾ ਇਹ ਉਨ ਇਥੇ ਦਾ ਝਗੜੇ ਦਾ ਪੁਆਇੰਟ ਹੈ ਹਰੀ ਸਿੰਘ ਨੇ ਪਹਿਲਾਂ ਤਾਂ ਪਾਕਿਸਤਾਨ ਦੇ ਨਾਲ ਵੀ ਸਮਝੌਤਾ ਕੀਤਾ ਪਰ ਫਿਰ ਜਿਸ ਤਰੀਕੇ ਨਾਲ ਉਹਦੇ ਤੋਂ ਜ਼ਬਰਦਸਤੀ ਐਕਸੈਸ਼ਨ ਦੀ ਗੱਲ ਉਨੇ ਮਹਾਜਨ ਜਿਹੜਾ ਚੀਫ ਜਸਟਿਸ ਮੇਰਚੰਦ ਮਹਾਜਨ ਨਹਿਰੂ ਉਹ ਇੱਕ ਵੱਖਰਾ ਚੈਪਟਰ ਹੈ ਪਰ ਕੁੱਲ ਮਿਲਾ ਕੇ ਇਥੋਂ ਝਗੜੇ ਦਾ ਪੁਆਇੰਟ ਸ਼ੁਰੂ ਹੋਇਆ ਵੀ ਵੈਦਰ ਕਸ਼ਮੀਰ ਦੀ ਐਕਸੈਸ਼ਨ ਜਿਹੜੀ ਹੈ ਉਹ ਪ੍ਰੋਪਰ ਸੀ ਕਿ ਨਹੀਂ ਜਿਹੜੀ ਕਿ ਨਹੀਂ ਸੀ ਇਹਨਾਂ ਦਾ ਮੈਂ ਸਵਾਲ ਦਾ ਜਵਾਬ ਦੇ ਆ ਉਸੇ ਪੀਰੀਅਡ ਪਾਕਿਸਤਾਨ ਤੋਂ ਜਿਹੜੇ ਟ੍ਰਾਈਬਲ ਨੇ ਫਰੰਟੀਅਰ 'ਚ ਉਹ ਆਣੇ ਸ਼ੁਰੂ ਹੋਏ ਹਿੰਦੁਸਤਾਨ ਦੀ ਫੌਜ ਗਈ ਲੜਾਈ ਸ਼ੁਰੂ ਹੋਈ ਔਰ ਉਸ ਦੌਰ ਦੇ ਵਿੱਚ ਜਵਾਰਲਾ ਨੈਰੋ ਪ੍ਰਾਈਮ ਮਿਨਿਸਟਰ ਕਸ਼ਮੀਰ ਦੇ ਮੁੱਦੇ ਨੂੰ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਚ ਲਾਇਆ ਹੈ ਔਰ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਨੇ ਸੀਜ਼ਫਾਇਰ ਕਰਵਾਇਆ ਲਗਭਗ ਇੱਕ ਤਿਹਾਈ ਪਾਕਿਸਤਾਨ ਦਾ ਹਿੱਸਾ ਆਜ਼ਾਦ ਕਸ਼ਮੀਰ ਹੈ ਦੋ ਤਿਹਾਈ ਲਗਭਗ ਭਾਰਤ ਦੇ ਕੋਲ ਹੈ ਔਰ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਦੇ ਲਗਭਗ 16 17 ਮਤੇ ਨੇ ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਕਿ ਭਾਈ ਕਸ਼ਮੀਰ ਦੇ ਲੋਕ ਜਿਹੜੇ ਨੇ ਉਹ ਰੇ ਰਾਇ شماری ਕਰਕੇ ਜਿਵੇਂ ਹੁਣ ਸਕਾਟਲੈਂਡ ਚ ਹੋਈ ਹੈ ਇਹ ਡਿਸਾਈਡ ਕਰਨਗੇ ਕਿ ਉਹ ਇੰਡੀਆ ਦੇ ਨਾਲ ਜਾਣਾ ਚਾਹੁੰਦੇ ਨੇ ਕਿ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਨੇ ਸੋ ਇੰਡੀਆ ਨੇ ਉੱਥੇ 7 ਲੱਖ ਫੌਜ ਰੱਖ ਕੇ ਜਿਵੇਂ 1 ਲੱਖ ਤੋਂ ਜ਼ਿਆਦਾ ਕਸ਼ਮੀਰੀਆਂ ਨੂੰ ਮਾਰਿਆ ਉਹਨਾਂ ਦੇ ਮੁੱਢਲੇ ਹੱਕ ਜਿਹੜੇ ਨੇ ਜਿਹੜਾ ਕਿ ਪਲੇਬਿਸਾਈਟ ਦਾ ਹੱਕ ਹੈ ਉਹਨੂੰ ਖੋਇਆ ਹੋਇਆ ਸੋ ਜ਼ਾਹਰ ਹੈ ਕਿ ਵੀ ਇਸ ਮਾਮਲੇ ਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਸਟੇਟ ਪਾਵਰ ਆਰਮੀ ਇਸਤੇਮਾਲ ਕਰਕੇ ਕਸ਼ਮੀਰੀਆਂ ਨੂੰ ਗੁਲਾਮ ਬਣਾਇਆ ਹੋਇਆ ਹੈ ਤੋ ਅਸੀਂ ਸਮਝਦੇ ਹਾਂ ਵੀ ਅਲਟੀਮੇਟ ਸੋਲੂਸ਼ਨ ਉਹੀ ਹੈ ਜੋ ਸਕਾਟਲੈਂਡ ਦਾ ਸਾਹਮਣੇ ਆਇਆ ਜੋ ਕਿਊਬੈਕ ਦੇ ਵਿੱਚ ਕੈਨੇਡਾ ਨੇ ਦਿੱਤਾ ਜੋ ਇਸ ਤਹਿਮੂਰਚ ਹੋਇਆ ਜੋ ਮੈਸੇਡੋਨੀਆ ਚ ਹੋਇਆ ਜਿਹੜਾ ਸਾਊਥ ਸ Sudan ਚ ਹੋਇਆ ਕਿ ਜੰਮੂ ਕਸ਼ਮੀਰ ਦੇ ਲੋਕ ਯੂਨਾਈਟਿਡ ਨੇਸ਼ਨਸ ਦੀ ਆਬਜ਼ਰਵੇਸ਼ਨ ਦੇ ਥੱਲੇ ਉਹਨਾਂ ਨੂੰ ਇਹ ਹੱਕ ਹੋਏ ਕਿ ਉਹ ਕਿਸ ਕਿਸਮ ਦਾ ਸਿਸਟਮ ਚਾਹੁੰਦੇ ਨੇ ਸੋ ਇਹ ਕਸ਼ਮੀਰ ਦਾ ਮੁੱਦਾ ਇਨ ਬਰੀਫ ਹੈ ਇਹਨਾਂ ਦਾ ਪ੍ਰੀਤ ਸੈਣੀ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਲਿਖਿਆ ਜੀ ਰੋਸ਼ਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦਾ ਅੱਜ ਦੇ ਸਾਡੇ ਦਰਸ਼ਕਾਂ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਵੀਅਰਸ ਤੁਸੀਂ ਸਾਰਨਾ ਇਸ ਤਰ੍ਹਾਂ ਬਣੇ ਨੂੰ ਮਿਲਦੇ ਆਂ ਛੋਟੀ ਜਿਹੀ ਵਕਤ ਬਾਅਦ